ਇੱਕ ਸਤਸੰਗ ਦੇ ਵਿੱਚ ਦਰਦਨਾਕ ਭਾਣਾ ਵਾਪਰ ਗਿਆ। ਭਗਦੜ ਮੌਕੇ 27 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ। ਦੱਸਦੀਏ ਕਿ 27 ਸ਼ਰਧਾਲੂ ਪੈਰਾਂ ਦੇ ਹੇਠਾਂ ਕੁਚਲੇ ਗਏ ਨੇ ਭਗਦੜ ਮੌਕੇ, ਤਾਂ ਦਰਦਨਾਕ ਭਾਣਾ ਵਾਪਰ ਗਿਆ। ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਨੇ। ਇੱਕ ਦੂਜੇ ਦੇ ਉੱਪਰ ਡਿੱਗ ਪਏ ਔਰ ਇੱਕ ਦੂਜੇ ਨੂੰ ਲਤਾੜਦੇ ਹੋਏ ਇਹ ਭੀੜ ਬੇਕਾਬੂ ਹੋ ਗਈ। ਦੱਸਦੇ ਕਿ ਸ਼ਰਧਾਲੂਆਂ ਦੀ ਭੀੜ ਬੇਕਾਬੂ ਹੋਈ ਹੈ। ਹਾਲਾਂਕਿ ਸੀਐਮ ਦੇ ਵੱਲੋਂ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਵਿੱਚ ਭੋਲੇ ਬਾਬਾ ਦੇ ਸਤਸੰਗ ਮੌਕੇ ਇਹ ਦਰਦਨਾਕ ਹਾਦਸਾ ਹੋਇਆ। ਇਸ ਸਤਸੰਗ ਦੇ ਵਿੱਚ ਅਚਾਨਕ ਭਗਦੜ ਮੱਚਣ ਮਗਰੋਂ 27 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ। ਭਗਦੜ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਮੰਦਭਾਗੀ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਕਿ ਜਿੱਥੇ ਇਹ ਸਤਸੰਗ ਹੋ ਰਿਹਾ ਸੀ ਉੱਥੇ ਜਗ੍ਹਾ ਘੱਟ ਸੀ ਅਤੇ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਸੀ। ਪ੍ਰੋਗਰਾਮ ਦੇ ਦੌਰਾਨ ਹੀ ਸ਼ਰਧਾਲੂਆਂ ਦੇ ਵਿੱਚ ਅਚਾਨਕ ਭਗਦੜ ਮੱਚ ਗਈ। ਭਗਦੜ ਕਾਰਨ 27 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ, ਜਿਨ੍ਹਾਂ ਦੇ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਨੇ। ਗੰਭੀਰ ਜ਼ਖਮੀਆਂ ਨੂੰ ਉੱਚ ਕੇਂਦਰ ਦੇ ਵਿੱਚ ਰੈਫਰ ਕੀਤਾ ਗਿਆ ਹੈ। ਦੂਜੇ ਬੰਨੇ ਯੂਪੀ ਦੇ ਸੀਐਮ ਦੇ ਵੱਲੋਂ ਇਸ ਘਟਨਾ 'ਤੇ ਨੋਟਿਸ ਲਿਆ ਗਿਆ। ਉਹਨਾਂ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਈ। ਸੀਐਮ ਨੇ ਸਾਰੇ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਜ਼ਖਮੀਆਂ ਦਾ ਢੁਕਵਾਂ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਨੇ। ਸਤਸੰਗ ਪ੍ਰੋਗਰਾਮ ਦੇ ਵਿੱਚ ਥਾਂ ਘੱਟ ਸੀ ਪਰ ਭੀੜ ਬਹੁਤ ਜ਼ਿਆਦਾ ਸੀ, ਜਿਸ ਕਾਰਨ ਕਈ ਲੋਕਾਂ ਦਾ ਦਮ ਘੁੱਟ ਗਿਆ ਅਤੇ ਭਗਦੜ ਮੱਚ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਦੇ ਲਈ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਭੋਲੇ ਬਾਬਾ ਦੇ ਸਤਸੰਗ ਮੌਕੇ ਭੀੜ ਬੇਕਾਬੂ ਹੋਈ, 27 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ, ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਨੇ। ਸਤਸੰਗ ਖਤਮ ਹੋਣ ਤੋਂ ਬਾਅਦ ਇਹ ਭਾਣਾ ਵਾਪਰਿਆ। ਮਰਨ ਵਾਲਿਆਂ ਦੇ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਨੇ। ਭੀੜ ਇੰਨੀ ਜ਼ਿਆਦਾ ਸੀ ਕਿ ਸ਼ਰਧਾਲੂ ਡਿੱਗ ਪਏ, ਜਿਨ੍ਹਾਂ ਨੂੰ ਉਠਾਇਆ ਤਾਂ ਕਿਸੇ ਨੇ ਨਹੀਂ, ਉਲਟਾ ਜਿੰਨੇ ਵੀ ਹੋਰ ਸ਼ਰਧਾਲੂ ਸੀ ਉਹਨਾਂ ਦੇ ਉੱਪਰੋਂ ਦੀ ਲੰਘਦੇ ਰਹੇ। ਦਮ ਘੁੱਟਣ ਦੇ ਕਰਕੇ ਇਹਨਾਂ 27 ਸ਼ਰਧਾਲੂਆਂ ਦੀ ਮੌਤ ਹੋਈ ਹੈ। 25 ਦੇ ਕਰੀਬ ਔਰਤਾਂ ਨੇ। ਹਾਲਾਂਕਿ ਇਹਨਾਂ ਦੀ ਅਧਿਕਾਰਿਤ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਤਾਂ ਯੂਪੀ ਦੇ ਹਾਥਰਸ ਦੇ ਵਿੱਚ ਭੋਲੇ ਬਾਬਾ ਦੀ ਸਤਸੰਗ ਮੌਕੇ ਇਹ ਦਰਦਨਾਕ ਹਾਦਸਾ ਹੋਇਆ। 27 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਸ਼ਾਂ ਦੇ ਢੇਰ ਨਜ਼ਰ ਆ ਰਹੇ ਨੇ। ਜ਼ਿਆਦਾਤਰ ਇਹਨਾਂ ਦੇ ਵਿੱਚ ਔਰਤਾਂ ਨੇ, ਵਾਹਨਾਂ ਦੇ ਵਿੱਚ ਵੀ ਇਹਨਾਂ ਲਾਸ਼ਾਂ ਨੂੰ ਭਰਿਆ ਗਿਆ ਹੈ। ਜਵਾਨੀ, ਅੱਛਾ ਕਹਾਂ ਰਹਤੀ ਹੋ? ਬਮੌਲੀ ਮੇਂ। ਗੰਗੁਲੀ? ਬਮੌਲੀ ਗਾਂਵ। ਬਮੌਲੀ ਥਾਣਾ ਲੱਗਦਾ ਹੈ, ਸਾਂਝਾਪੁਰ। ਹਾਂ ਬਮੌਲੀ ਸਾਂਝਾਪੁਰ ਹੈ। ਕਿਆ ਹੁਆ? ਕਿਆ ਥਾ? ਜੈਪੁਰ ਮੇਂ ਗਈ ਨਹੀਂ? ਜੈਪੁਰ ਮੇਂ ਕਾਮ ਕਰਨੇ ਆਈ ਥੀ। ਤੋ ਅਭੀ ਕਹਾਂ ਸੇ ਆਈ ਥੀ? ਜੈਪੁਰ ਸੇ ਆਈ ਥੀ। ਜੈਪੁਰ ਸੇ ਆਏ ਥੇ ਸਰ। ਜੈਪੁਰ ਮੇਂ ਕਹਾਂ ਰਹਤੀ ਹੋ? ਜੈਪੁਰ ਮੇਂ ਮਾਲ ਕੀ ਧਾਰੀ ਮੇਂ। ਹੈਂ? ਮਾਲ ਕੀ ਧਾਰੀ ਮੇਂ ਸੁਨੀਤਾ ਕਾਲੋਨੀ। ਇੱਕ ਮਿੰਟ, ਸੁਨੀਤਾ ਕਾਲੋਨੀ ਉਹਦਾ ਥਾਂ ਲੱਗਦਾ ਹੈ? ਹੋਗਾ ਉਹਦਾ ਥਾਂ ਲੱਗਦਾ ਹੈ। ਅਮ ਥਾਂ ਨਾ ਉਹਨਾਂ ਮੈਂ ਕੁਛ ਨਹੀਂ ਪਤਾ। ਅੱਛਾ, ਆਪਣੇ ਪਤੀ ਦਾ ਨਾਮ ਕੀ ਹੈ? ਆਨੰਦ। ਆਨੰਦ, ਇਸ ਬੱਚੇ ਦਾ ਨਾਮ ਕੀ ਹੈ? ਬੱਚੇ ਬੱਚਾ ਹੈ? ਕਾਪਿਆ। ਕਾਪਿਆ ਕਿੰਨੀ ਸਾਲ ਕੀ ਹੈ? 3 ਸਾਲ ਕੀ ਹੈ। ਕੀ ਘਟਨਾ ਕੀ ਹੋਈ ਥੀ? ਅਰੇ ਇੱਕ ਭੀੜ ਥੀ, ਇੱਕ ਦੂਸਰੇ ਕੋ ਉੱਪਰ ਹੋ ਗਏ ਬੱਚੇ। ਆਪਕੇ ਸਾਥ ਕਿੰਨੇ ਲੋਕ ਆਏ ਥੇ? ਪੂਰੀ ਗਾੜੀ ਭਰ ਕੇ ਆਈ ਥੀ, ਕਮੇਟੀ ਆਈ ਥੀ, ਜੈਪੁਰ ਕੀ ਕਮੇਟੀ ਆਈ ਥੀ। ਕਿੰਨੇ ਲੋਕ ਕੀ ਗਾੜੀ ਮਿਲਵਾ? ਅਰੇ ਹਮ ਗਿਣਤੀ ਨਾ ਆਏ, ਪੂਰੀ ਗਾੜੀ ਬੜੀ ਗਾੜੀ ਭਰੀ ਥੀ ਪੂਰੀ। ਬਸ ਥੀ?
कितने बजे आ गए थे आप लोग वहाँ पे? हम लोग तो 9:30 बजे आ गए थे, 9:45 बजे आए गए थे। अच्छा 9:45 बजे क्या घटनाक्रम हुआ, कैसे जानकारी? समापन के बाद में भीड़ एकदम से सब निकली गई, एक दूसरे के ऊपर सब हुई है। अच्छा भगदड़ सी मच गई, कुचल दिया एक दो। अच्छा तो उसमें बच्ची आपके साथ और आपके पति भी आए थे क्या? वो नहीं थे संग में, आपके बच्ची भी और साथ में सब थे, बहुत थे वहाँ पे सब। हम ससुराल में गए थे साल थी, वहाँ पर बहुत सारी भीड़ हो रही थी। अच्छा सत्संग खत्म हो गया, वहाँ पे बहुत सारी भीड़ हो रही थी, रास्ता जाम हो रहा था, निकलने के लिए जगह नहीं थी। तो एक दूसरे हम खेत की तरफ से निकल रहे थे, वहाँ बहुत सारी बाइक खड़ी थी और मैं मम्मी निकल रही थी। तो अचानक ही धक्का हो गई, जगह नहीं थी पाँव धरने की, तो अचानक ही बहुत सारे लोगों की इंच कर गई, उनकी तो मौत हो गई। मेरे साथ आई थी मम्मी। अच्छा के गड्ढे में गिर गए थे या भगदड़ हो गई थी, भगदड़ के नीचे दब गए? हम दरने की जगह नहीं थी, एक दूसरे में धक्का दे रहे थे, नीचे जगह थी, उस नीचे जगह पे एक मोटरसाइकिल खड़ी थी, हम ऊंचे पर खड़े थे, अचानक ही गिर गए एकदम। अचानक ऐसा क्या हुआ जो भगदड़ हो गई? अचानक ऐसा क्या हो गया जो भगदड़ हो गई? मिसाल सस बोला सत्संग खत्म यार, जब जनता जा रही थी तब ऐसा हुआ, सबको निकलने की पड़ रही थी। अच्छा कितना बेटा, कितने लोगों को ऐसा लगता घायल हुए या डेथ हुई? बहुत सारे लोग थे, बहुत सारे लोग हैं इसमें। देखिए बताते हैं कि जो आकर चंद्र का ये सुगंध है, वहाँ से 27 बॉडी अभी हमारे पास आई है, इसमें 25 फीमेल है और 2 मेल है, और उनकी प्रक्रिया चल रही है, पुलिस प्रशासन की तरफ से प्रक्रिया चल रही है, जैसे ही प्रक्रिया उनकी पूरी हो जाएगी हम लोग जो है पोस्टमार्टम के लिए क्या कुछ घायल भी आए हैं? देखो ऐसा है, डेड बॉडी आई है, कुछ घायल भी आए हैं एक दो, बाकी तो फुल बॉडी कितनी आई है? यहाँ 27 बॉडी।